ਕਿਸਾਨਾਂ ਦੀ ਔਰ ਗੰਨਾ ਮਹਾਰਾ ਦੀ ਮੀਟਿੰਗ ਖਤਮ ਹੋਈ ਆ ਰਾਏ ਸਾਹਿਬ ਕੀ ਅੰਦਰ ਡਿਸਕਸ ਹੋਇਆ ਕੀ ਕੁਝ ਵਿਚਾਰਾਂ ਹੋਈਆਂ ਨੇ ਕੀ ਗੱਲਾਂ ਹੋਈਆਂ ਨੇ ਅੱਜ ਜਿਹੜੇ ਸਾਡੇ ਨਾਲ ਗੰਨਾ ਮਹਾਰ ਆਏ ਸਨ ਸਾਡੇ ਨਾਲ ਅੱਜ ਜਿਹੜੇ ਸਰਕਾਰ ਵੱਲੋਂ ਜਿਹੜੇ ਖੇਤੀਬਾੜੀ ਮਹਾਰ ਆਏ ਸਨ ਖੇਤੀਬਾੜੀ ਮਹਾਰਾਂ ਦੇ ਨਾਲ ਕਾਫੀ ਦੇਰ ਚਰਚਾ ਚੱਲੀ ਬਹੁਤਾ ਦੇਰ ਚਰਚਾ ਤੋਂ ਬਾਅਦ ਕਿਉਂਕਿ ਜਿਹੜੇ ਖੇਤੀਬਾੜੀ ਮਹਾਰ ਹੈ ਉਹਨਾਂ ਨੇ ਆਲਰੇਡੀ ਇਹ ਗੱਲ ਸਾਨੂੰ ਸਾਬਤ ਕੀਤੀ ਪਈ ਅਸੀਂ ਜਿਹੜਾ 350 ਰੁਪਇਆ ਕੋਸਟ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਕੋਸਟ ਅਸੀਂ ਬਣਾ ਕੇ ਲਿਆਏ ਹਾਂ ਕੋਸਟ ਆਫ ਪ੍ਰੋਡਕਸ਼ਨ ਉਹ 470 ਰੁਪਏ ਹੈ ਉਹ 470 ਰੁਪਏ ਦੇ ਮੁਤਾਬਕ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਕਿਉਂਕਿ ਅਸੀਂ ਅੱਗੇ ਕੋਸਟ ਆਫ ਪ੍ਰੋਡਕਸ਼ਨ ਨਹੀਂ ਸੀ ਕੱਢੀ ਇਸ ਕਰਕੇ ਸਾਡੀ ਡਿਮਾਂਡ 400 ਸੀ ਅਸੀਂ ਡਿਮਾਂਡ ਤੋਂ ਉੱਪਰ ਨਹੀਂ ਜਾਂਦੇ ਤੇ ਸਾਡੀ ਡਿਮਾਂਡ 400 ਹੀ ਅੱਜ ਵੀ ਪਰ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 470 ਹੈ ਸੋ ਉਹ ਉਹਦਾ ਕੋਈ ਜਵਾਬ ਨਹੀਂ ਦੇ ਸਕਦੇ ਜਿਹੜੇ ਐਕਸਪਰਟ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਹਾਨੂੰ ਇਹਦੇ ਵਿੱਚ ਕੋਈ ਲੱਗਦਾ ਹੈ ਵੀ ਇਹਦੇ ਵਿੱਚ ਅਸੀਂ ਕੋਈ ਵੱਧ ਲਗਾਇਆ ਤੇ ਉਹ ਸਾਨੂੰ ਤੁਸੀਂ ਦੱਸੋ ਇਸ ਕਰਕੇ ਉਹ ਕੋਈ ਜਵਾਬ ਨਹੀਂ ਦੇ ਸਕੇ ਵੀ ਇਹਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਅਸੀਂ 470 ਦੀ ਬਣਾ ਕੇ ਲਿਆਏ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਸੋ ਇਸ ਕਰਕੇ ਉਹ ਤਾਂ ਕੇਵਲ ਅਸੀਂ ਕਲੀਅਰ ਕਰ ਦਿੱਤਾ ਪਰ ਹੁਣ ਉਹਨਾਂ ਨੇ ਇਹ ਮੰਨ ਲਿਆ ਕਿ ਸੀਐਮ ਸਾਹਿਬ ਕੱਲ੍ਹ ਬਹਿਣਗੇ 3 ਵਜੇ ਉਹਨਾਂ ਨਾਲ ਮੀਟਿੰਗ ਹੋਏਗੀ ਕੱਲ੍ਹ ਸੋ ਉਹ ਜਿਹੜੀ ਕੱਲ੍ਹ ਦੀ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਰੇਟ ਹੈ ਉਹ ਕਹਿੰਦੇ ਆ ਵੀ ਉਹ ਸੀਐਮ ਸਾਹਿਬ ਅਨਾਊਂਸ ਕਰਨਗੇ ਸੋ ਉਹਦੇ ਨਾਲ ਹੁਣ ਜਿਹੜੀ ਗੱਲ ਹੈ ਸਾਨੂੰ ਇਹ ਲੱਗਦਾ ਹੈ ਕਿ ਜਿਹੜੀ ਅਸੀਂ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਅਸੀਂ ਦੱਸਣ 'ਚ ਕਾਮਯਾਬ ਹੋਏ ਹਾਂ ਕਿ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ 470 ਰੁਪਏ ਪਰ ਕੁਇੰਟਲ ਹੈ ਪਰ ਸਾਡੀ ਡਿਮਾਂਡ 400 ਦੀ ਹੈ ਕਿਉਂਕਿ ਅਸੀਂ ਪਹਿਲਾਂ ਡਿਮਾਂਡ 400 ਦਿੱਤੀ ਹੋਈ ਹੈ ਅਸੀਂ ਉਹ ਤੋਂ ਬਾਹਰ ਨਹੀਂ ਜਾਂਦੇ ਸਾਡਾ ਉਹਦੇ ਨਾਲ ਲੈ ਕੇ ਕੋਈ ਫੈਸਲਾ ਜਿਹੜੀ ਸਰਕਾਰ ਕਰੇ ਕੱਲ੍ਹ ਕਿਸਾਨਾਂ ਦਾ ਮੀਟਿੰਗ ਕੀ ਹੋਏਗਾ ਜਿਹੜਾ ਕੱਲ੍ਹ ਸਾਡਾ ਅਸੀਂ ਪੰਜਾਬ ਬਲੌਕ ਕਰਨ ਦਾ ਕਾਲ ਦਿੱਤੀ ਹੋਈ ਸੀ ਉਹ ਕਾਲ ਨੂੰ ਅਸੀਂ ਅਜੇ ਪੋਸਟਪੋਨ ਕਰਦੇ ਹਾਂ ਅੱਗੇ ਕੱਲ੍ਹ ਜਿਹੜੀ ਸੀਐਮ ਸਾਹਿਬ ਦੀ ਮੀਟਿੰਗ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਫੈਸਲਾ ਕਰਾਂਗੇ ਜੇ ਤੇ ਸਾਡੀ ਮਰਜ਼ੀ ਦਾ ਰੇਟ ਅਨਾਊਂਸ ਕਰਦੀ ਹੈ ਗਵਰਨਮੈਂਟ ਫਿਰ ਜਿਹੜਾ ਅਸੀਂ ਧਰਨਾ ਨਹੀਂ ਲਾਵਾਂਗੇ ਨਹੀਂ ਤਾਂ ਫਿਰ ਕੱਲ੍ਹ ਹੀ ਅਸੀਂ ਬੈਠ ਕੇ ਜਿਹੜੀ ਅਗਲੀ ਕਾਲ ਪੰਜਾਬ ਬੰਦ ਦੀ ਜਿਹੜਾ ਚੱਕਾ ਜਾਣ ਦੀ ਉਹ ਬਿਲਕੁਲ ਅਸੀਂ ਜਿਹੜੀ ਆ ਉਹ ਕਾਲ ਜਿਹੜੀ ਫਿਰ ਦੇ ਦੇਵਾਂਗੇ ਕੱਲ੍ਹ ਤੁਸੀਂ ਜਾਓਗੇ ਚੰਡੀਗੜ੍ਹ ਫਿਰ ਤੁਹਾਡੇ ਬਿਲਕੁਲ ਅਸੀਂ ਜਿਹੜੇ ਸਾਥੀ ਪਹਿਲਾਂ ਗਏ ਸਾਂ ਉਹਨੇ ਹੀ ਸਾਥੀ ਉਹਨਾਂ ਨੇ ਰਿਕਮੈਂਡ ਕੀਤੇ ਨੇ ਕਿ ਜਿੰਨੇ ਸਾਥੀ ਪਹਿਲਾਂ 12-13 ਗਏ ਸਨ ਉਹੀ ਸਾਥੀ ਆਉਣਗੇ ਔਰ ਉਹ ਸੀਐਮ ਸਾਹਿਬ ਨਾਲ ਮੀਟਿੰਗ ਕਰਾਂਗੇ ਔਰ ਅਗਰ ਉਹਨਾਂ ਦੇ ਨਾਲ ਰੇਟ ਦੀ ਕੋਈ ਗੱਲ ਤੈਅ ਹੋ ਜਾਂਦੀ ਹੈ ਤੇ ਠੀਕ ਹੈ ਜੇ ਨਹੀਂ ਰੇਟ ਤੈਅ ਹੁੰਦਾ ਤਾਂ ਫਿਰ ਅਸੀਂ ਉੱਥੇ ਮੀਟਿੰਗ ਕਰਕੇ ਚੰਡੀਗੜ੍ਹ ਜਿਹੜੀ ਅਗਲੀ ਕਾਲ ਹੈ ਪੰਜਾਬ ਬੰਦ ਦੀ ਫਿਰ ਉਹ ਦੇਵਾਂਗੇ ਕੱਲ੍ਹ 3 ਵਜੇ ਦਾ ਜਿਹੜਾ ਸਮਾਂ ਤੈਅ ਹੋਇਆ ਸੀਐਮ ਸਾਹਿਬ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ 3 ਵਜੇ ਦਾ ਸਮਾਂ ਤੈਅ ਹੋਇਆ ਔਰ ਉਸ ਮੀਟਿੰਗ ਤੋਂ ਬਾਅਦ ਅਸੀਂ ਇਹ ਤੈਅ ਕਰਾਂਗੇ ਕਿ ਅਸੀਂ ਪੰਜਾਬ ਬੰਦ ਕਰਨਾ ਨਹੀਂ ਕਰਨਾ ਕੱਲ੍ਹ ਦਾ ਜਿਹੜਾ ਬੰਦ ਦਾ ਸੀ ਉਹ ਹੁਣ ਪੋਸਟਪੋਨ ਕੀਤਾ ਗਿਆ ਪਰ ਜਿਹੜੇ ਅਧਿਕਾਰੀ ਨੇ ਜਿਹੜਾ ਧਰਨਾ ਸਾਡਾ ਐਵੇਂ ਹੀ ਜਾਰੀ ਰਹੇਗਾ ਜਲੰਧਰ ਵਾਲਾ ਧਰਨਾ ਉਹ ਉਹਨਾਂ ਚਿਰ ਨਹੀਂ ਅਸੀਂ ਹਿਲਾਵਾਂਗੇ ਜਿੰਨਾ ਚਿਰ ਸਰਕਾਰ ਨਾਲ ਕੋਈ ਫੈਸਲਾ ਨਹੀਂ ਹੋ ਜਾਂਦਾ ਰੇਲਵੇ ਟਰੈਕ ਵੀ ਬੰਦ ਰਹੇਗਾ ਔਰ ਇਹ ਹਾਈਵੇ ਵੀ ਬੰਦ ਰਹੇਗਾ ਜਦੋਂ ਸਰਕਾਰ ਨਾਲ ਫੈਸਲਾ ਹੋਏਗਾ ਇਹਨੂੰ ਫਿਰ ਚੱਕਾਂਗੇ ਪਰ ਜਿਹੜੀ ਅਸੀਂ ਇਸ ਤੋਂ ਅਗਲੇਰੀ ਕਾਰਵਾਈ ਸੀ ਵੀ ਅਸੀਂ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਸੀ ਚੱਕਾ ਜਾਮ ਦੀ ਉਹ ਕਾਲ ਨੂੰ ਅਜੇ ਪੋਸਟਪੋਨ ਕੀਤਾ ਪਰ ਤੁਸੀਂ ਇੱਕ ਗੱਲ ਮਨਾਉਣ ਤੇ ਸਹੀ ਸਾਬਤ ਹੋ ਗਏ ਕਿ ਜਿਹੜਾ ਕਾਸਟ ਜਿਹੜੀ ਆ ਤੁਹਾਡੀ ਜ਼ਿਆਦਾ ਆ ਉਹ ਜਿਹੜਾ 350 ਆਖ ਰਹੇ ਸੀ ਬਿਲਕੁਲ ਇਹ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵਾਖੂਬੀ ਕਿ ਜਿਹੜੇ ਐਕਸਪਰਟ ਨੇ ਐਕਸਪਰਟਾਂ ਨੇ ਮੰਨ ਲਈ ਗੱਲ ਕਿ ਅਸੀਂ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਕੱਢਦੇ ਹਾਂ ਉਹ ਜੋ ਹਦਾਇਤਾਂ ਨੇ ਜਿਹੜੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੇ ਜੋ ਸਾਨੂੰ ਜਿਹੜੇ ਖੇਤੀਬਾੜੀ ਮਾਹਰ ਜਿਹੜੇ ਉਹ ਕਹਿੰਦੇ ਨੇ ਉਹਨਾਂ ਮੁਤਾਬਕ ਜਦਕਿ ਹੁਣ ਖਾਦ ਦਾ ਲੇਬਰ ਦਾ ਬੜਾ ਅੰਤਰ ਹੈ ਉਹ ਸਾਰੇ ਅੰਤਰਾਂ ਜਿਹੜੇ ਆ ਉਹ ਪੂਰੇ ਅਗਰ ਕਰਦੇ ਨੇ ਫਿਰ ਉਹਨਾਂ ਨੇ ਮੰਨਿਆ ਇੱਕ ਤਰ੍ਹਾਂ ਦਾ ਕਿ ਤੁਹਾਡੀ ਕੋਸਟ ਆਫ ਪ੍ਰੋਡਕਸ਼ਨ ਨੂੰ ਅਸੀਂ ਚੈਲੇਂਜ ਨਹੀਂ ਕਰਦੇ ਪਰ ਸਾਡੀ ਜਿਹੜੀ ਮਜਬੂਰੀ ਹੈ ਕਿ ਅਸੀਂ ਜੋ ਪਿਛਲੇ ਕਿਉਂਕਿ ਉਹਨਾਂ ਨੇ ਜਿਹੜੀਆਂ ਅੱਜ ਤੋਂ 15 ਸਾਲ ਪਹਿਲੀਆਂ 10 ਸਾਲ ਪਹਿਲੀਆਂ ਸਿਸਟਮ ਹੈ ਕਿ 25 ਕਿਲੋ DAP ਜਿਹੜੀ ਉਹ ਠੇਕਾ ਘੱਟ ਉਹ ਸਾਰੀਆਂ ਉਹੀ ਲਈ ਫਿਰਦੇ ਨੇ ਅੱਜ ਵੀ ਸੋ ਉਹਨਾਂ ਨੂੰ ਅਸੀਂ ਦੱਸਿਆ ਉਹਨਾਂ ਨੇ 2018 ਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਹੈ ਉਹ 343 ਰੁਪਏ ਸੀ ਤੇ ਹੁਣ ਤੱਕ ਜਿਹੜੀ ਆ ਕੋਸਟ ਆਫ ਪ੍ਰੋਡਕਸ਼ਨ ਹੈ ਉਹ 345 ਲੈ ਕੇ ਆਏ ਨੇ ਅੱਜ ਦੀ ਕੱਲ੍ਹ 350 ਸੀ ਅੱਜ 345 ਕਹਿਣ ਦਾ ਭਾਵ ਹੈ ਕਿ ਕੋਸਟ ਆਫ ਪ੍ਰੋਡਕਸ਼ਨ ਉਹਨਾਂ ਨੇ ਵਧਾਈ ਹੋਈ ਨਹੀਂ 3 ਸਾਲਾਂ 'ਚ ਡੀਜ਼ਲ ਖਾਦ ਲੇਬਰ ਸਾਰਾ ਕੁਝ ਵੱਧ ਗਿਆ ਪਰ ਉਹ ਉਹੀ 18 ਵਾਲੇ ਲਈ ਫਿਰਦੇ ਨੇ ਸੋ ਇਸ ਕਰਕੇ ਉਹ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਸੀ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ ਕਿਉਂਕਿ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਅੱਜ ਦੀ ਕੋਸਟ ਆਫ ਪ੍ਰੋਡਕਸ਼ਨ ਤੁਹਾਨੂੰ ਦੇ ਰਹੇ 470 ਰੁਪਏ ਆ ਫਿਰ ਉਹਨਾਂ ਕੋਈ ਜਵਾਬ ਨਹੀਂ ਸੀ ਠੀਕ ਹੈ ਤਾਂ ਮਨਦੀਪ ਸਿੰਘ ਰਾਏ ਥੋੜਾ ਦੇ ਨਾਲ ਗੱਲਬਾਤ ਕੀਤੀ ਚਲੋ ਅਸਲ ਦੇ ਵਿੱਚ ਜਿਹੜਾ ਸਾਡਾ ਧਰਨਾ ਹੈ ਜਲੰਧਰ ਚੱਲ ਰਿਹਾ ਕੀ ਗੱਲਬਾਤ ਹੋਈ ਗੱਲਬਾਤ ਅੱਜ ਸਰਕਾਰ ਦੇ ਜੋ ਨੁਮਾਇੰਦੇ ਅਫਸਰ ਇੱਥੇ ਆਏ ਸੀ DC ਦਫ਼ਤਰ ਨਵਾਂ ਇੱਥੇ ਜਲੰਧਰ ਇੱਥੇ ਬੈਠ ਕੇ ਕਰੀਬ
दो तो ढाई घंटे मीटिंग हुई आ। अफसरां असी अपने दसण विच कामयाब होए हाँ। जो किसान आगू पे साड़ी जो खर्चा आ वो करीब करीब 470 रुपये पर क्वांटल आता है, पर अफसर ने उही 345 350 तक उन्होंने जो बना के रखे हुआ। तो सानू लगता भी कितने ना कि केंद्र सरकार दीयां नलैकियां और पंजाब सरकार की घुरकी आ जो अफसर से वो वध वल नूं नहीं जा रहे, पर उन्होंने हुण सीएम साहब ने इत्थे मीटिंग की फिक्स जो कल का ऐलान कर दिता आ भई कल 3 बजे चंडीगढ़ सीएम साहब ना किसान आगू की मीटिंग होगी। तो सानू भी विश्वास आ उम्मीद लगती आ भी कुछ सीएम साहब कुछ चंगा कल अनाउंस करे, पर 470 रुपये साडा जो खर्चा आ रहा ओनू क्योंकि हुण असीं 400 ऐलान कर चुके हैं उस तो अपनी गल तो पिछे नहीं मुड़ सकते। देखते हैं कल सीएम साहब की फैसला लेंदे आ और की निर्णय लेंदे आ। सानू उम्मीद आ कि वह गन्ना काश्तकारां दी मेन मंग नूं रखदे हुए कल अनाउंस जरूर करनगे।